ਕਲਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਦੇ ਭਾਰਤਬੰਦ ਨੂੰ ਲੈ ਕੇ ਵੱਡੀ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮਜ਼ਾਰੇ ਜਿਹੜੇ ਹੈਗੇ ਆ ਉਹ ਕੀਤੇ ਜਾਣੇ ਨੇ ਔਰ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਅਮਰਸਰ ਮੁੱਖ ਮਾਰਗ ਦੀਆਂ ਦਰਿਆ ਬਿਆਸ ਤੋਂ ਤਸਵੀਰਾਂ ਨੇ ਜ਼ਿਲ੍ਹੇ ਅਮਰਸਰ ਦੀ ਸ਼ੁਰੂਆਤੀ ਹੱਦ ਪਈ ਪੈਂਦੀ ਹੈਗੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਫੋਰਸ ਜਿਹੜੀ ਆ ਉਹ ਭਾਰੀ ਗਿਣਤੀ ਦੇ ਵਿੱਚ ਜਿਹੜਾ ਤਾਇਨਾਤ ਨੇ ਔਰ ਪੁਲਸ ਵੱਲੋਂ ਬਾਕਾਇਦਾ ਤੌਰ ਦੇ ਉੱਤੇ ਸੁਰੱਖਿਆ ਜਿਹੜੇ ਪ੍ਰਬੰਧ ਹੈਗੇ ਇੰਤਜ਼ਾਮਾਤ ਇੱਥੇ ਕੀਤੇ ਗਏ ਨੇ ਔਰ ਅੱਜ ਦੀ ਜੇ ਕੀਤਾ ਗਿਆ ਸੀਗਾ ਇਸ ਸੰਬੰਧੀ ਗੱਲਬਾਤ ਇੱਥੇ ਕਰਾਂਗੇ ਸਾਡੇ ਨਾਲ ਐਸ ਐਚਓ ਬਿਆਸ ਮੌਜੂਦ ਨੇ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਸਰ ਕਿਸ ਤਰ੍ਹਾਂ ਦਾ ਲੱਗਦਾ ਬੰਦਦਾ ਜਿਹੜਾ ਐਲਾਨ ਸੀਗਾ ਅੱਜ ਕਿਸ ਤਰ੍ਹਾਂ ਦਾ ਹੰਗਾਰਾ ਹੈਗਾ ਆ ਲੋਕਾਂ ਵੱਲੋਂ ਕਾਫੀ ਇਹਨੂੰ ਦਿੱਤੀ ਗਈ ਹੈ ਤਰਜੀਹ ਤੇ ਕਾਫੀ ਮੂਵਮੈਂਟ ਵੀ ਜਿਹੜੀ ਹੈ ਬਹੁਤ ਘੱਟ ਹੈ ਵਹੀਕਲਸ ਦੀ ਜੀ ਬਾਕੀ ਮਾਨਯੋਗ ਐਸ ਐਸਪੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਆ ਵੀ ਸ਼ਾਂਤਮਈ ਢੰਗ ਨਾਲ ਜੇ ਕੋਈ ਆਪਣੇ ਧਰਨਾ ਪ੍ਰਦਰਸ਼ਨ ਕਰਦਾ ਹੈ ਤੇ ਉਹਦਾ ਸਹਿਯੋਗ ਕਰੋ ਬਾਕੀ ਕਿਸੇ ਨੂੰ ਵੀ ਉਹ ਲੁੱੜਬਾਜੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕੀ ਕਹਿ ਸਕਦੇ ਆ ਜਿਹੜਾ ਕੋਈ ਆਉਣ ਜਾਣ ਵਾਲੇ ਆ ਕਿਸ ਤਰ੍ਹਾਂ ਦੇ ਜਿਹੜੀ ਹੁਣ ਟ੍ਰੈਫਿਕ ਜਿਹੜੀ ਦਿਖ ਵੀ ਰਹੀ ਐ ਉੱਚ ਕੋਈ ਗੱਲਬਾਤ ਹੋਈ ਹੋਵੇ ਕਿਸੇ ਨੂੰ ਰੋਕੇ ਪੁੱਛਿਆ ਗਿਆ ਹੋਵੇ ਕੁਝ ਇਸ ਤਰ੍ਹਾਂ। ਨਹੀਂ ਆਪਣੇ ਜਿਸ ਤਰ੍ਹਾਂ ਕੋਈ ਵਿਆਹ ਸ਼ਾਦੀ ਵਾਲੇ ਉਹ ਅਸੀਂ ਆਈਡੈਂਟੀਫਾਈ ਕਰ ਲੈਨੇ ਆ ਵੀ ਉਹ ਵਿਆਹ ਸ਼ਾਦੀ ਵਾਲੇ ਨੇ। ਬਾਕੀ ਕਿਸਾਨਾਂ ਵੱਲੋਂ ਵੀ ਇਹ ਆਪਣੇ ਕਿਹਾ ਗਿਆ ਵਾ ਵੀ ਜੇ ਕਿਸੇ ਨੂੰ ਕੋਈ ਐਮਰਜੈਂਸੀ ਐ ਕੋਈ ਵਿਆਹ ਸ਼ਾਦੀ ਵਾਲਾ ਕੋਈ ਐਂਬੂਲੈਂਸ ਐ ਉਹ ਉਹਨਾਂ ਨੂੰ ਵੀ ਨਹੀਂ ਰੋਕਣਗੇ। ਬਾਕੀ ਉਹ ਵੀ ਸਹਿਯੋਗ ਕਰ ਰਹੇ ਨੇ ਲੋਕਾਂ ਪਬਲਿਕ ਦੇ ਨਾਲ ਤੇ ਪਬਲਿਕ ਵੀ ਆਈ ਥਿੰਕ ਕੀ ਉਹਨਾਂ ਦਾ ਸਾਥ ਦੇ ਰਹੀ ਹੈ ਜਿਲੇ ਭਰ ਤੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕੋਈ ਖਾਸ ਪੁਆਇੰਟ ਹੋਣ ਜਿੱਥੇ ਕਹਿ ਸਕਦੇ ਆਂ ਕਿ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਆ ਖਾਸ ਤੌਰ ਦੇ ਉੱਤੇ ਅੱਜ ਐਜੀਟੇਸ਼ਨ ਵੀ ਹੈਗਾ ਵਾ ਔਰ ਸ਼ਾਂਤਮਈ ਹੈਗਾ ਵਾ ਉਸ ਦੇ ਵਾਸਤੇ ਕੁਝ ਕੀਤਾ ਗਿਆ ਹੋਵੇ ਆ ਸਾਡੇ ਏਰੀਆ ਦੇ ਵਿੱਚ ਪੁਲ ਬਿਆਸ ਤੇ ਸਾਡੀ ਫੋਰਸ ਤਣਾਤ ਹੈ ਬਾਬਾ ਬਕਾਲਾ ਸਾਹਿਬ ਮੋੜ ਤੇ ਤੇ ਰਈਆ ਨਹਿਰ ਤੇ ਤੇ ਬਾਕੀ ਸੁਰੱਖਿਆ ਪ੍ਰਬੰਧ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਪੂਰੀ ਤਰ੍ਹਾਂ ਮੁਕੰਮਲ ਨੇ ਸਾਰੀ ਫੋਰਸ ਅਲਰਟ ਹੈ ਵਧੀਆ ਡਿਊਟੀ ਕਰ ਰਹੀ ਹੈ ਤੇ ਸ਼ਾਂਤਮਈ ਰਹੇਗਾ ਸਾਰਾ ਮਾਹੌਲ ਸੋ ਕਹਿ ਸਕਦੇ ਹਾਂ ਕਿ ਪੁਲਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਦੱਸਿਆ ਗਿਆ ਕਿ ਸੁਰੱਖਿਆ ਪ੍ਰਬੰਧ ਪੁਲਸ ਵੱਲੋਂ ਪੁਕਤਾ ਨੇ ਹਰ ਆਉਣ ਜਾਣ ਵਾਲੇ ਜਿਹੜੇ ਲੋਕ ਹੈਗੇ ਹਨ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੈਗੀ ਜਿਹਦੇ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਔਰ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਅਪੀਲ ਕੀਤੀ ਗਈ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਉਸ ਤੋਂ ਇਲਾਵਾ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਗ੍ਹਾ ਤੇ ਪੰਜਾਬ ਭਰ ਦੇ ਵਿੱਚ ਵੀ ਜਿਹੜਾ ਹੈਗਾ ਹੈ ਸਪੀਕਰਾਂ ਨਾਲ ਹੀ ਅਪੀਲ ਵੀ ਕੀਤੀ ਗਈ ਸੀਗੀ ਲੋਕਾਂ ਨੂੰ ਕਿ ਅੱਜ ਭਾਰਤ ਬੰਦ ਜਿਹੜਾ ਹੈਗਾ ਵਾ ਉਸ ਦਾ ਸਮਰਥਨ ਦਿੱਤਾ ਜਾਵੇ ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਭਰਮਾ ਹੁੰਗਾਰਾ ਜਿਹੜਾ ਹੈਗਾ ਹੈ ਤਕਰੀਬਨ ਜੇਕਰ ਗੱਲ ਕਰੀ ਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਲਾ ਕਪੂਰਥਲਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਦੇਖਣ ਨੂੰ ਮਿਲ ਰਿਹਾ ਔਰ ਵੱਡੀ ਗਿਣਤੀ ਚ ਲੋਕ ਜਿਹੜੇ ਹੈਗੇ ਆ ਸ਼ਾਂਤਮਈ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ ਸੋ ਅਗਲੀਆਂ ਤਸਵੀਰ